धरती धथना सतगुरु सेविए सदा सुख सतगुरु सेविए जन्म मरण दुख जा जन्म मरण दुख जा सतगुरु सेविए सदा सुख जन्म मरण दुख जा जन्म मरण दुख जा चिंता मूल अचिंत बस है मन में आ अचिंत बस है मन में आ मैल गई मैल गई मन निर्मल हो मैल गई सर तीरथना अमृत सर तीरथना मैल गई मन निर्मल हो मैल गई मन निर्मल हो
अंतर तीर छे ज्ञान है अंतर तीर छे ज्ञान है सतगुर दिया बुझा सतगुर दिया बुझा सतगुर दिया बुझा मैल गई अमृतसर तीरथ नहा अमृतसर तीरथ नहा मैल गई मन निर्मल सज्जन मिले सज्जना सज्जन मिले सज्जना सच्चे शब्द सुभा सच्चे शब्द सुभा करी परचा पाया घरी ही परचा ज्योति ज्योत मिला ज्योति ज्योत मिला ज्योति ज्योत मिला मैल गई मैल
मैल गई, मन निर्मल हो, मन निर्मल हो, अमृत सर तीर्थ नहाए मन निर्मल हो। अंतर तीर्थ ज्ञान है, अंतर तीर्थ ज्ञान है, सतगुर दिया बुझाए मन निर्मल हो। सतगुर दिया बुझाए अमृत सर तीर्थ नहाए, सतगुर पुरख अमृत सर सतगुर पुरख अमृत सर बड भागी नावे आए अमृत सर तीर्थ नहाए। सतगुर पुरख अमृत सर बड़ भागी नावे आए, उन जन्म जन्म की मल उतरे अमृत सर तीर्थ नहाए। सतगुर है सतगुर है अमृत सर साचा, सतगुर है अमृत सर साचा, मन नावे, मन नावे मैल चुकावने, सतगुर है अमृत सर साचा, अमृत सर, अमृत सर सतगुर, सतवादी सतगुर है अमृत सर साचा। सतगुर अमृत, अमृत सर सतगुर सत साचा, लफज अमृत सर भी आ गया है, इथे लफज तीर्थ भी आ गया है। हम दो लफज जो इकट्ठे हो जाएंगे तो मनुखता कंफ्यूज होएगा। मैं किस कर मैं चाहना गुरबाणी दी विचार नू असी जीवन दा केंद्र बनाईए, असी कहानी नू पहल देने आ गुरबाणी नू नहीं, विचार दे इस स्थान नू
ਅਸੀਂ ਵਿਚਾਰ ਦਾ ਕੇਂਦਰ ਬਣਾਉਣਾ ਹੈ। ਸ਼ਬਦ ਚੱਲ ਰਿਹਾ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤੇ ਕਊਆ ਹੰਸ ਹੋ ਹੈ। ਸੋਚੀ ਪੈ ਜਾਂਦਾ ਬਾਣੀ ਨੂੰ ਪਹਿਲਦੇ ਹਾਂ ਕਿ ਕਹਾਣੀ ਨੂੰ ਪਹਿਲਦੇ ਹਾਂ। ਵਿਚਾਰ ਤੋਂ ਬਾਅਦ ਸਾਡੇ ਸਾਹਮਣੇ ਇੱਕ ਭੇਦ ਖੁੱਲ੍ਹੇਗਾ ਕਿ ਕਹਾਣੀਆਂ ਅਸੀਂ ਬਾਣੀ ਦਾ ਸਹਾਰਾ ਲੈ ਕੇ ਬਣਾਈਆਂ ਨੇ। ਜਦੋਂ ਵਿਚਾਰ ਵਿੱਚ ਜਾਂਦੇ ਹਾਂ ਸਾਨੂੰ ਕੁਝ ਸੋਚਣ ਲਈ ਮਜਬੂਰ ਹੋਣਾ ਪੈਂਦਾ। ਹੁਣ ਇਸ ਥਾਂ ਤੇ ਲਫ਼ਜ਼ ਅੰਮ੍ਰਿਤਸਰ ਵੀ ਆ ਗਿਆ। ਇਸ ਸ਼ਬਦ ਵਿੱਚ ਲਫ਼ਜ਼ ਤੀਰਥ ਵੀ ਆ ਗਿਆ, ਅੰਮ੍ਰਿਤਸਰ ਤੀਰਥ। ਜਦੋਂ ਦੋ ਲਫ਼ਜ਼ ਇਕੱਠੇ ਹੋ ਜਾਣਗੇ ਤੇ ਸਾਨੂੰ ਸ਼ੱਕ ਪੈਣਾ ਸ਼ੁਰੂ ਹੋ ਜਾਏਗਾ ਕਿਸ ਅੰਮ੍ਰਿਤਸਰ ਦੀ ਗੱਲ ਹੈ। ਮੇਰਾ ਮਕਸਦ ਇਹ ਨਹੀਂ ਕਿ ਅਸੀਂ ਅੰਮ੍ਰਿਤਸਰ ਨਾਲੋਂ ਟੁੱਟ ਜਾਈਏ, ਬਿਲਕੁਲ ਨਹੀਂ। ਉਹ ਸਾਡਾ ਇਤਿਹਾਸ ਦਾ ਇੱਕ ਹਿੱਸਾ ਹੈ, ਪਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਸ ਨੂੰ ਅੰਮ੍ਰਿਤਸਰ ਆਖ ਰਹੀ ਹੈ ਉਹਨੂੰ ਸਮਝੀਏ। ਹੁਣ ਇਹ ਸ਼ਬਦ ਗੁਰੂ ਅਮਰਦਾਸ ਸਾਹਿਬ ਦਾ ਸੋਚਣਾ ਪਏਗਾ। ਸ਼ਬਦ ਗੁਰੂ ਅਮਰਦਾਸ ਸਾਹਿਬ ਦਾ ਹੈ। ਜਦੋਂ ਅਜੇ ਸ਼ਹਿਰ ਅੰਮ੍ਰਿਤਸਰ ਹੈ ਨਹੀਂ ਸੀ, ਤੀਰਥ ਜਿਹਨੂੰ ਅਸੀਂ ਅੱਜ ਅੰਮ੍ਰਿਤਸਰ ਮੰਨ ਰਹੇ ਹਾਂ ਤੀਰਥ ਯਾਤਰਾ ਵਿੱਚ, ਉਹ ਹੈ ਨਹੀਂ ਸੀ, ਕਿਉਂਕਿ ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਹੈ। ਉਹ ਇਹ ਲਫ਼ਜ਼ ਕਹਿ ਰਹੇ ਨੇ, ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਾਏ। ਹੈਂ ਕਿਆ ਫਿਲ ਗਾਇਓ, ਸੋਚਿਓ ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਹੋਵੇ। ਉਦੋਂ ਅਜੇ ਅੰਮ੍ਰਿਤਸਰ ਨਹੀਂ ਸੀ, ਪਰ ਮੈਂ ਕਰਜ਼ ਕਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਪੂਰਨ ਰੂਪ ਵਿੱਚ ਸਟੱਡੀ ਕਰ ਲਓ। ਜਿੰਨੇ ਚਿਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਟੱਡੀ ਨਹੀਂ ਕਰਦੇ ਨਾ, ਸਾਡੇ ਭੁਲੇਖੇ ਨਹੀਂ ਦੂਰ ਹੁੰਦੇ। ਉਹਦੇ ਵਿੱਚੋਂ ਕਈ ਨਵੇਂ ਉਪਦਰਵ ਪੈਦਾ ਹੋਣੇ ਸ਼ੁਰੂ ਹੋ ਜਾਂਦੇ, ਚੰਗੀਆਂ ਗੱਲਾਂ, ਚੰਗੇ ਵਿਚਾਰ, ਉਹ ਵੀ ਸਾਨੂੰ ਕਨਫਿਊਜ਼ ਕਰਨ ਲੱਗ ਪੈਂਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਵਿੱਚ ਅੰਮ੍ਰਿਤਸਰ ਲਫ਼ਜ਼ ਬਹੁਤ ਥਾਵੇਂ ਆਇਆ ਹੈ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਜਿੱਥੇ ਵੀ ਅੰਮ੍ਰਿਤਸਰ ਲਫ਼ਜ਼ ਆਇਆ ਹੈ ਉਹ ਅੰਮ੍ਰਿਤਸਰ ਸ਼ਹਿਰ ਨਾਲ ਨਹੀਂ ਮਿਲਦਾ, ਬਿਲਕੁਲ ਨਹੀਂ। ਸ਼ਹਿਰ ਦਾ ਜ਼ਿਕਰ ਹੀ ਕੋਈ ਨਹੀਂ ਅੰਮ੍ਰਿਤਸਰ। ਔਰ ਈਵਨ ਇੱਥੋਂ ਤੱਕ ਕਿ ਜਿੱਥੇ ਸ਼ਹਿਰ ਲਫ਼ਜ਼ ਆਇਆ ਨਾ ਲਾਹੌਰ ਸ਼ਹਿਰ ਦੇ ਨਾਲ, ਉੱਥੇ ਵੀ ਲਾਹੌਰ ਦੇ ਨਾਲ ਸ਼ਹਿਰ ਜੋੜਿਆ, ਅੰਮ੍ਰਿਤਸਰ ਨਾਲ ਸ਼ਹਿਰ ਨਹੀਂ ਜੋੜਿਆ। ਔਰ ਸ਼ਬਦ ਉਹ ਵੀ ਗੁਰੂ ਤੀਜੇ ਪਾਤਸ਼ਾਹ ਦਾ ਅੰਮ੍ਰਿਤਸਰ ਤੋਂ ਪਹਿਲਾਂ ਨਾ। ਉੱਥੇ ਅਸੀਂ ਆਖਦੇ ਹਾਂ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਗੁਰੂ ਨਾਨਕ ਸਾਹਿਬ ਦਾ ਸਲੋਕ, ਸਲੋਕ 12 ਤੇ ਵਧੀਕ ਵਿੱਚ। ਲਾਹੌਰ ਸ਼ਹਿਰ
ਜ਼ਹਿਰ ਕਹਿਰ ਸਵਾ ਪੈਰ ਲਾਹੌਰ ਸ਼ਹਿਰ ਵਿੱਚ ਸਵਾ ਪੈਰ ਦਿਨ ਚੜ੍ਹਦੇ ਤੱਕ ਜ਼ਹਿਰ ਕਹਿਰ ਜ਼ੁਲਮ ਜੀਵ ਕਾਤ ਹੁੰਦਾ ਅਗਲੇ ਪਾਸੇ ਤੀਜੇ ਪਾਤਸ਼ਾਹ ਦਾ ਸਲੋਕ ਹੈ ਉੱਥੇ ਫਿਰ ਲਾਹੌਰ ਸ਼ਹਿਰ ਦਾ ਲਫ਼ਜ਼ ਹੈ ਪਰ ਸ਼ਹਿਰ ਲਫ਼ਜ਼ ਲਾਹੌਰ ਨਾਲ ਜੋੜਿਆ ਕਹਿੰਦੇ ਨੇ ਉਹ ਲਾਹੌਰ ਸ਼ਹਿਰ ਅੰਮ੍ਰਿਤਸਰ ਬਣ ਗਿਆ ਸ਼ਹਿਰ ਨਹੀਂ ਜੋੜਿਆ ਉੱਥੇ ਕਹਿੰਦੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਉਹ ਵੀ ਤੀਜੇ ਪਾਤਸ਼ਾਹ ਦਾ ਤੀਜੇ ਪਾਤਸ਼ਾਹ ਤੱਕ ਲਾ ਜੇ ਇਹ ਅੰਮ੍ਰਿਤਸਰ ਸ਼ਹਿਰ ਹੈ ਨਹੀਂ ਸੀ ਇੱਥੇ ਬਸ ਨਹੀਂ ਜਿਹੜਾ ਅਸੀਂ ਪ੍ਰਚਲਿਤ ਸ਼ਬਦ ਗੁਰੂ ਅਰਜਨ ਪਾਤਸ਼ਾਹ ਜੀ ਦਾ ਅਕਸਰ ਪੜ੍ਹਨੇ ਅਤੇ ਕਹਿੰਦੇ ਇਹ ਅੰਮ੍ਰਿਤਸਰ ਦੇ ਸੰਬੰਧ ਵਿੱਚ ਹੈ ਉਹ ਹੈ ਡਿੱਠੇ ਸੱਭੇ ਥਾਂ ਨਹੀਂ ਤੁਧ ਜਿਹਾ ਫੁਨੇ ਦੀ ਬਾਣੀ ਵਿੱਚ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਫੁਨੇ ਦੀ ਇੱਕ ਬਾਣੀ ਹੈ ਉਹਦਾ ਇੱਕ ਛੰਦ ਹੈ ਡਿੱਠੇ ਸੱਭੇ ਥਾਂ ਨਹੀਂ ਤੁਧ ਜਿਹਾ ਬਾਧੋ ਪੁਰਖ ਵਿਧਾਤੇ ਤਾਂ ਤੂੰ ਸੋਇਆ ਵਸਦੀ ਸਗਨ ਅਪਾਰ ਅਨੂਪ ਹੁਣ ਆਹ ਲਫ਼ਜ਼ ਪੜ੍ਹੋ ਉੱਥੇ ਵੀ ਅੰਮ੍ਰਿਤਸਰ ਨੇ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ ਇਹਦਾ ਮਤਲਬ ਉਦੋਂ ਤੱਕ ਵੀ ਰਾਮਦਾਸਪੁਰ ਆਖਦੇ ਸਨ ਅੰਮ੍ਰਿਤਸਰ ਨੇ ਜੇ ਅੰਮ੍ਰਿਤਸਰ ਆਖਦੇ ਅੰਮ੍ਰਿਤਸਰ ਸ਼ਹਿਰ ਵਸ ਚੁੱਕਾ ਹੁੰਦਾ ਅਤੇ ਇਹਦਾ ਨਾਂ ਅੰਮ੍ਰਿਤਸਰ ਹੀ ਹੁੰਦਾ ਅਤੇ ਗੁਰੂ ਅਰਜਨ ਸਾਹਿਬ ਕਦੀ ਲੁਕਾ ਕੇ ਨਾ ਰੱਖਦੇ ਬਲਕਿ ਤੁਸੀਂ ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਪੜ੍ਹੋ ਉਹਦੇ ਵਿੱਚ ਉਹਨੇ ਅਰਥ ਵੀ ਇਹ ਕੀਤੇ ਨੇ ਕਿ ਰਾਮਦਾਸਪੁਰ ਦਾ ਮਤਲਬ ਸਾਧ ਸੰਗਤ ਰਾਮ ਦੇ ਦਾਸਾਂ ਦਾ ਇੱਕ ਸ਼ਹਿਰ ਜਿਹਨੂੰ ਬੇਗਮਪੁਰਾ ਸ਼ਹਿਰ ਕੋ ਨਾ ਉਹ ਆਖਦੇ ਨੇ ਕੋਈ ਬੇਗਮਪੁਰਾ ਸ਼ਹਿਰ ਤਾਂ ਨਾਂ ਥੋੜ੍ਹਾ ਸੀ ਅਵਸਥਾ ਵਿੱਚੋਂ ਪੈਦਾ ਹੋਇਆ ਸੀ ਦੁਖਾਂਤ ਹੈ ਅਸੀਂ ਅਨੇਕਾਂ ਚੀਜ਼ਾਂ ਦੇ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਵਾਂ ਤੋਂ ਲੈ ਕੇ ਇਸ ਲਈ ਅੰਕਿਤ ਕੀਤੇ ਨੇ ਤਾਂ ਕਿ ਉਹਨਾਂ ਦੀ ਮਹੱਤਤਾ ਬਣ ਜਾਏ ਅਤੇ ਉਹਨਾਂ ਦਾ ਲਾਭ ਉਠਾਇਆ ਜਾ ਸਕੇ ਔਰ ਉਹ ਅੱਜ ਪਰੇਸ਼ਾਨੀ ਬਣੇ ਹੋਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਅਰਜਨ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਕਿ ਅਸੀਂ ਇਸ ਅਸਥਾਨ ਨੂੰ ਬਾਣੀ ਦਾ ਕੇਂਦਰ ਗੁਰਬਾਣੀ ਤੋਂ ਬਾਹਰ ਦੀ ਕੋਈ ਐਗਜ਼ਾਮਪਲ ਨਹੀਂ ਦੇਣਾ ਚਾਹੁੰਦਾ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਹੈ ਰਾਗ ਸੂਈ ਵਿੱਚ ਜਿਹਦੇ ਵਿੱਚ ਉਹ ਕਹਿੰਦੇ ਨੇ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਆਪਾਂ ਆਮ ਪੜ੍ਹਨੇ ਗੋਬਿੰਦ ਗੁਰੂ ਕਾ ਲਫ਼ਜ਼ ਲੈ ਕੇ ਹਜ਼ੂਰ ਸਾਹਿਬ ਵਾਲਿਆਂ ਨੇ ਉਹ ਸ਼ਹਿਰ ਦਾ ਨਾਂ ਅਮਚਲ ਰੱਖ ਲਿਆ ਬਾਹਰ ਤੁਕ ਲਿਖ ਦਿੱਤੀ ਅਮਚਲ ਨਗਰ ਗੋਬਿੰਦ ਗੁਰੂ ਕਾ ਅਮਚਲ ਨਦੇੜ ਅਜੇ ਤੱਕ ਜਾਓ ਉਸ ਸ਼ਹਿਰ ਨੂੰ ਅਮਚਲ ਨਗਰ ਆਖਦੇ ਹੁਣ ਹਾਲਾਂਕਿ ਨਗਰ ਜਿਹੜਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਅਨੇਕ ਥਾਵਾਂ 'ਤੇ ਨਿਹਰਾ ਇਹ ਨਹੀਂ ਕਿ ਗੋਬਿੰਦ ਗੁਰੂ ਕਾ ਹੀ ਆਖਿਆ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਬਦ ਇਹ ਵੀ ਹੈ ਸੋ ਵਸੈ ਇਤ ਘਰ ਸੋ ਵਸੈ ਇਤ ਘਰ ਜਿਸ ਗੁਰ ਪੂਰਾ ਦੇ ਜਿਸ ਗੁਰ ਪੂਰਾ ਸੇਵ ਉੱਥੇ ਵੀ ਅਬ ਚਲ ਨਗਰੀ ਨਾਨਕ ਦੇਵ ਉੱਥੇ ਅਬ ਚਲ ਨਗਰ ਗੋਬਿੰਦ ਗੁਰੂ ਕਾ ਦੋਨੋਂ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉੱਥੇ ਅਬ ਚਲ ਨਗਰ ਗੋਬਿੰਦ ਗੁਰੂ ਕਾ ਇੱਥੇ ਅਬ ਚਲ ਨਗਰੀ ਨਾਨਕ ਦੇਵ ਹੁਣ
ਉਹਨਾਂ ਨੂੰ ਕਿ ਕੋਈ ਗੋਬਿੰਦ ਲਫ਼ਜ਼ ਪੁੱਜਦਾ ਸੀ ਇਹਦੇ ਨਾਲ ਸਪਸ਼ਟ ਹੁੰਦਾ ਸੀ ਹਜ਼ੂਰ ਸਾਹਿਬ ਇਸ ਲਈ ਉਹਨਾਂ ਨੇ ਅਬਚਲ ਨਗਰ ਗੋਬਿੰਦ ਗੁਰੂ ਕਾ ਦੀ ਲਾਈਨ ਉੱਥੇ ਲਿਖ ਦਿੱਤੀ ਕਿਸ ਤਰ੍ਹਾਂ ਭੁਲੇਖਿਆਂ ਵਿੱਚ ਪੈ ਰਹੇ ਹਨ ਦਿਨ ਬ ਦਿਨ ਆਏ ਦਿਨ ਭੁਲੇਖਿਆਂ ਵਿੱਚ ਪੈ ਰਹੇ ਹਨ ਅਸੀਂ ਗੁਰਬਾਣੀ ਦੇ ਲਫ਼ਜ਼ਾਂ ਦੀਆਂ ਕਹਾਣੀਆਂ ਘੜਨੀਆਂ ਸ਼ੁਰੂ ਕਰ ਲਈਆਂ ਜਿਵੇਂ ਦੀਵਾਲੀ ਦਿਨ ਮੈਂ ਅਰਜ਼ ਕੀਤੀ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂਬੰਦੀ ਛੋੜ ਹੈ ਗੁਰੂਬੰਦੀ ਛੋੜ ਬੰਧਨ ਤੇ ਮੁਕਤਕ ਰਹਿੰਦਾ ਹੈ ਗਈ ਬਹੋੜ ਬੰਦੀ ਛੋੜ ਪਰ ਖਿਆਲ ਕਰਿਓ ਅਸੀਂ ਗੁਰੂ ਦਾ ਬੰਦੀ ਛੋੜ ਹੋਣਾ ਕਿਸੇ ਕਹਾਣੀ ਨਾਲ ਨਹੀਂ ਸਰਵਕਾਲਿਕ ਮੰਨਣੇ ਹਾਂ ਉਹ ਹਮੇਸ਼ਾ ਹੀ ਬੰਦੀ ਛੋੜ ਹੈ ਬਲਕਿ ਮੈਂ ਹੈਰਾਨ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ ਰਚਨਾ ਪੜ੍ਹੋ ਜਾਂ ਤਾਂ ਉਹਨਾਂ ਨੇ ਕਿਸੇ ਸਾਖੀ ਦਾ ਇਤਿਹਾਸ ਦਾ ਜ਼ਿਕਰ ਹੀ ਨਾ ਕੀਤਾ ਹੋਵੇ ਬਾਣੀ ਆਪਣੀ ਰਚਨਾ ਵਿੱਚ ਫਿਰ ਤਾਂ ਅਸੀਂ ਆਖੀਏ ਵੀ ਉਹ ਕਹਾਣੀ ਦਾ ਜ਼ਿਕਰ ਹੀ ਨਹੀਂ ਸਨ ਕਰਦੇ ਭਾਈ ਗੁਰਦਾਸ ਜੀ ਨੇ ਅਨੇਕਾਂ ਉਹ ਕਹਾਣੀਆਂ ਵੀ ਜ਼ਿਕਰ ਵਿੱਚ ਲੈ ਆਉਂਦੀਆਂ ਜਿਹੜੀਆਂ ਕਹਾਣੀਆਂ ਉਹਨਾਂ ਨੇ ਕੇਵਲ ਸੁਣੀਆਂ ਸੁਣਾਈਆਂ ਸਨ ਉਸ ਟਾਈਮ 'ਤੇ ਭਾਈ ਗੁਰਦਾਸ ਜੀ ਨਹੀਂ ਸਨ ਮਸਲਨ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਬਾਬਾ ਗਿਆ ਬਗਦਾਦ ਨੂੰ ਬਾਹਰ ਜਾ ਕੇ ਕੀ ਅਸਥਾਨਾ ਇੱਕ ਕਹਾਣੀ ਕੱਢ ਲਈ ਲਿਖੀ ਜੋ ਸੁਣੀ ਉਹ ਲਿਖ ਦਿੱਤੀ ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜ਼ਿਆਰਤ ਜਾਈ ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਬਾਬੇ ਕੱਢ ਥਰ ਕਰ ਬਗਲ 'ਤੇ ਚਮੇਲੀ ਦੁੱਧ ਵਿੱਚ ਮਿਲਾਈ ਕਹਾਣੀ ਹੈ ਭਾਈ ਗੁਰਦਾਸ ਵੇਲੇ ਉਸ ਵੇਲੇ ਹੈ ਨਹੀਂ ਸਨ ਉਹਨਾਂ ਨੇ ਸੁਣੀ ਭਾਵੇਂ ਕਿਸੇ ਜਨਮ ਸਾਖੀ ਵਿੱਚ ਪੜ੍ਹੀ ਉਸ ਕਹਾਣੀ ਦਾ ਜ਼ਿਕਰ ਉਹਨਾਂ ਆਪਣੀ ਰਚਨਾ ਵਿੱਚ ਕਰ ਦਿੱਤਾ ਮੈਂ ਚਾਹੁੰਦਾ ਵੀ ਜ਼ਰੂਰ ਵਿਸਥਾਰ ਨਾਲ ਅੱਜ ਇਹ ਟੌਪਿਕ ਚੱਲਿਆ ਹੋਇਆ ਲਗਾਤਾਰ ਅਤੇ ਇਹਨੂੰ ਚੰਗੀ ਤਰ੍ਹਾਂ ਵਿਚਾਰੀਏ ਉਹਨਾਂ ਨੇ ਆਪਣੀ ਰਚਨਾ ਵਿੱਚ ਜ਼ਿਕਰ ਕਰ ਦਿੱਤਾ ਕਹਾਣੀ ਦਾ ਹੁਣ ਜਿਹਦਾ ਕਹਾਣੀ ਦਾ ਜ਼ਿਕਰ ਕਰਦੇ ਸਨ ਇੱਕ ਸੁਣੀ ਸੁਣਾਈ ਕਹਾਣੀ ਦਾ ਵੀ ਕੀਤਾ ਸਾਰੀਆਂ ਕਹਾਣੀਆਂ ਸੁਣੀਆਂ ਸੁਣਾਈਆਂ ਸਨ ਭਾਈ ਗੁਰਦਾਸ ਵੇਲੇ ਉਸ ਵੇਲੇ ਹੈ ਨਹੀਂ ਸਨ ਸੁਣੀਆਂ ਸੁਣਾਈਆਂ ਸਨ ਅਤੇ ਜੇ ਭਾਈ ਗੁਰਦਾਸ ਸੁਣੀ ਸੁਣਾਈ ਕਹਾਣੀ ਦਾ ਗੁਰੂ ਦੀ ਦਾ ਜ਼ਿਕਰ ਕਰ ਸਕਦੇ ਨੇ ਤਾਂ ਜਿਹੜੀ ਕਹਾਣੀ ਉਹਨਾਂ ਦੇ ਜੀਵਨ ਕਾਲ ਵਿੱਚ ਬੀਤੀ ਹੋਵੇ ਉਹਦਾ ਜ਼ਿਕਰ ਨਾ ਕਰਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਉਹ ਕਹਾਣੀ ਬੰਦੀ ਛੋੜ ਵਾਲੀ ਜਿਹੜੀ ਨਾਲ ਜੋੜੀ ਗਈ ਉਹ ਤਾਂ ਭਾਈ ਗੁਰਦਾਸ ਜੀ ਦੇ ਆਪਣੇ ਜੀਵਨ ਕਾਲ ਦੇ ਸਮੇਂ ਦੀ ਤਾਰੀਖਾਂ ਦੇ ਮੁਤਾਬਕ ਉਹ ਕਹਾਣੀ ਲਿਖਣ ਵਾਲੇ ਨੇ ਸਾਲ ਦਿੱਤਾ ਹੈ ਕਿ 1619 ਵਿੱਚ ਬੰਦੀ ਛੋੜ ਨੇ 52 ਰਾਜਿਆਂ ਨੂੰ ਛੁਡਾਇਆ 1619 ਸਾਲ ਦੇ ਦਿੱਤਾ ਅਤੇ ਭਾਈ ਗੁਰਦਾਸ ਜੀ 1636 ਤੱਕ ਤੇ ਜਾ ਕੇ ਜੋਤੀ ਜੋਤ ਸਮਾਉਂਦੇ ਨੇ 1636 ਤੱਕ ਰਹੇ ਨੇ ਇਹਦਾ ਮਤਲਬ 1619 ਵਾਲੀ ਕਹਾਣੀ ਜਿਹੜੀ ਹੈ ਉਹ ਤੇ ਉਹਨਾਂ ਦੇ ਜੀਵਨ ਕਾਲ ਦੀ ਹੈ ਸੋਚਿਓ ਅਸੀਂ ਜਿਉਂ ਜਿਉਂ ਖੋਜਦੇ ਹਾਂ ਜਿਉਂ ਜਿਉਂ ਸਟੱਡੀ ਕਰਦੇ ਹਾਂ ਤਿਉਂ ਤਿਉਂ ਭੇਤ ਖੁੱਲਦੇ ਨੇ ਮੈਂ ਇਹੀ ਚਾਹੁੰਦਾ ਕਮ ਸੇ ਕਮ ਇਸ ਸਤਸੰਗ ਵਿੱਚ ਆਉਣ ਵਾਲੇ ਲੋਕ ਜਿਹੜੇ ਨੇ ਉਹ ਗੁਰਬਾਣੀ ਦੇ ਅੰਤਰੀ ਭਾਵਾਂ ਤੱਕ ਜਾ ਸਕਣ ਹੁਣ ਜੇ ਭਾਈ ਗੁਰਦਾਸ ਜੀ ਦੇ ਜੀਵਨ ਕਾਲ ਦੀ ਇਹ ਕਹਾਣੀ ਹੋਵੇ ਉਹਦਾ ਜ਼ਿਕਰ ਨਾ ਕਰਨ ਜ਼ਰੂਰ ਕਰਦੇ ਇਹ ਵੀ ਨਹੀਂ ਕਿ ਬੰਦੀ ਛੋੜ ਦਾ ਜ਼ਿਕਰ ਨਹੀਂ ਕੀਤਾ ਅਜੀਬ ਗੱਲ ਇਹ ਭਾਈ ਗੁਰਦਾਸ ਗੁਰੂ ਨੂੰ ਬੰਦੀ ਛੋੜ ਆਖ ਰਿਹਾ ਕਦੀ ਪੌੜੀ ਪੜ੍ਹਨ ਵਿੱਚ ਲਿਖ ਲਫ਼ਜ਼ ਨੇ ਮਾਨ ਸਰੋਵਰ ਸਤਿਗੁਰੂ ਕਾਂਗੋ ਹੰਸ ਜਲੋਂ ਦੁੱਧ ਪੀਣਾ ਮਾਨ ਸਰੋਵਰ ਸਤਿਗੁਰੂ ਕਾਂਗੋ ਹੰਸ ਜਲੋਂ ਦੁੱਧ ਪੀਣਾ ਅਤੇ ਅੱਗੇ ਜਾ ਕੇ ਲਾਈਨ ਵੇਖੋ ਉੱਥੇ ਕਿੰਨੇ ਸਪਸ਼ਟ ਲਫ਼ਜ਼ ਨੇ ਸਤਿਗੁਰ ਬੰਦੀ ਛੋੜ ਹੈ ਕਹਿ ਰਹੇ ਨੇ
ਪਰ ਕਿਹੜੀ ਅਜੀਬ ਗੱਲ ਹੈ, ਉਹਨਾਂ ਦੇ ਜੀਵਨ ਕਾਲ ਦੀ ਕੋਈ ਕਹਾਣੀ ਹੋਵੇ ਤੇ ਉੱਥੇ ਬੰਦੀ ਛੋੜ ਕਹਿ ਕੇ ਵੀ ਉਹਦਾ ਜ਼ਿਕਰ ਨਾ ਕਰਨ ਕਹਾਣੀ ਦਾ, ਬਲਕਿ ਜਿਹੜੀ ਗੁਰਬਾਣੀ ਦਾ ਕਨਸੈਪਟ ਹੈ ਉਹਨੂੰ ਸਮਝ ਕੇ ਸਪਸ਼ਟ ਕਰਨਾ। ਉੱਥੇ ਲਫ਼ਜ਼ ਕਹਿੰਦੇ ਨੇ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਡੀਨਾ। ਪੜ੍ਹ ਲਓ, ਉਹ ਜੀਵਨ ਜਿਹੜਾ ਸਾਡਾ ਬੰਧਨਾਂ ਵਿੱਚ ਪਿਆ ਹੋਇਆ, ਕਰਮਾਂ ਦੇ ਬੰਧਨਾਂ ਵਿੱਚ, ਜਿਹੜਾ ਸਾਡਾ ਵਿਕਾਰਾਂ ਦੇ ਬੰਧਨਾਂ ਵਿੱਚ ਜੀਵਨ ਪਿਆ ਹੋਇਆ, ਮੇਰਾ ਸਤਿਗੁਰੂ ਬੰਦੀ ਛੋੜ ਹੈ, ਉਹ ਹਰ ਇੱਕ ਦੇ ਜੀਵਨ ਨੂੰ ਜੀਵਨ ਮੁਕਤ ਕਰਦਾ। ਗੁਰੂ ਦੇ ਬੰਦੀ ਛੋੜ ਦੀ ਨਿਸ਼ਾਨੀ ਤਾਂ ਇਹ। ਅਸੀਂ ਨਾਲ ਕਹਾਣੀ ਘੜੀ, ਅਸੀਂ ਹਰ ਗੱਲ ਨੂੰ ਕਹਾਣੀ ਔਰ ਇੰਨੀਆਂ ਕਈ ਵਾਰ ਗਲਤੀਆਂ ਕਰ ਗਏ ਉਹਨਾਂ ਕਹਾਣੀਆਂ ਨੂੰ ਘੜਨ ਵਾਸਤੇ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ, ਏਕ ਸਵਾਨ ਦੋ ਸਵਾਣੀ ਨਾਲ ਭਲਕੇ ਭੁਲਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ ਧਨਿਕ ਰੂਪ ਰਾਹ। ਕਿੱਡੇ ਸਪਸ਼ਟ ਅਰਥ ਨੇ ਹੁੰਦੇ ਗੁਰਬਾਣੀ ਵਿੱਚ ਦੇ ਕਨਸੈਪਟ ਮੁਤਾਬਕ, ਪਰ ਅਸੀਂ ਕੀ ਕੀਤਾ, ਇੱਕ ਨਾਲ ਕਹਾਣੀ ਕੱਟ ਦਿੱਤੀ ਵੀ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਦਿਨ ਖੋਪੜੀਆਂ ਦੀ ਮਾਲਾ ਗਲ ਵਿੱਚ ਪਾ ਲਈ, ਦੋ ਕੁੱਤੇ ਨਾਲ ਲਾ ਲਏ, ਕੁੱਤਾ ਲਾ ਲਾ ਇੱਕ ਨਾਲ ਕੁੱਤੀਆਂ ਲਾ ਲਈਆਂ, ਅਤੇ ਬੜਾ ਡਰਾਉਣਾ ਜਿਹਾ ਰੂਪ ਧਾਰਨ ਕਰ ਲਿਆ, ਧਨਿਕ ਰੂਪ ਬਣਾ ਲਿਆ, ਹੱਥ ਵਿੱਚ ਛੁਰਾ ਫੜ ਲਿਆ, ਇੱਕ ਹੱਥ ਵਿੱਚ ਡਾਂਗ ਫੜ ਲਈ, ਜਿਹੜਾ ਨੇੜੇ ਆਵੇ ਉਹਨੂੰ ਸੋਟਾ ਮਾਰ। ਹੈ ਇਹ ਜਿਹੀਆਂ ਕਹਾਣੀਆਂ ਕੱਢ ਲਈਆਂ ਗੁਰੂ ਨਾਨਕ ਨਾਲ, ਏਕ ਸਵਾਣ ਦੋ ਸਵਾਣੀ ਨਾਲ ਸ਼ਬਦ ਨੂੰ ਵਰਤ ਕੇ, ਏਕ ਸਵਾਣ ਦੋ ਸਵਾਣੀ ਨਾਲ ਭਲਕੇ ਭੌਂਕੇ ਸਦਾ ਬਿਆ, ਕੂੜ ਛੁਰਾ ਮੁੱਠਾ ਮੁਰਦਾਰ ਧਨਿਕ ਰੂਪ ਰਹਾ ਕਰਦਾ। ਮੈਂ ਹੈਰਾਨ ਹੋਇਆ, ਮੈਂ ਅੱਗੇ ਜਾ ਕੇ ਅਰਜ਼ ਕੀਤੀ, ਭਲੇ ਉਹ ਸੋਚੋ ਜੇ ਗੁਰੂ ਨਾਨਕ ਦੀ ਸਾਖੀ ਹੋਵੇ ਤੇ ਗੁਰੂ ਨਾਨਕ ਤਾਂ ਅੱਗੇ ਜਾ ਕੇ ਇਹ ਵੀ ਕਹਿੰਦੇ ਨੇ, ਮੁੱਖ ਨਿੰਦਾ ਆਖਾਂ ਦਿਨ ਰਾਤ, ਪਰ ਘਰ ਜੋ ਹੀ ਨੀਚ ਸੁਨਨਾਥ, ਕੀ ਪਰ ਘਰ ਜੋਣ ਵਾਲਾ ਗੁਰੂ ਨਾਨਕ ਹੈ। ਕਹਾਣੀ ਨਾਲ ਉਹ ਵੀ ਜੋੜੋਗੇ, ਉੱਥੇ ਤਾਂ ਸਫਲ ਸ਼ਬਦ ਹੈ, ਏਕ ਸਵਾਨ ਦੋ ਆਸਾ ਤ੍ਰਿਸ਼ਨਾ, ਦੋ ਕੁੱਤੀਆਂ ਨੇ, ਜਿਹੜਾ ਕੂੜ ਬੋਲਣਾ ਉਹ ਛੁਰਾ ਹੈ, ਕੂੜ ਛੁਰਾ, ਜਿਹੜਾ ਪਰਾਇਆ ਹੱਕ ਮੋਹ ਕੇ ਖੋਹ ਕੇ ਖਾਣਾ ਉਹ ਮੁਰਦਾ ਹੈ, ਹੱਕ ਪਰਾਇਆ ਨਾਨਕਾ ਉਹ ਸੂਰ ਗਾਏ ਉਸ ਗਾਏ ਬਾਣੀ ਅੰਦਰ ਹੈ, ਕੂੜ ਛੁਰਾ ਮੁੱਠਾ ਮੁਰਦਾਰ। ਇਹ ਸਾਰਾ ਕੁਝ ਗੁਰੂ ਨਾਨਕ ਸਾਨੂੰ ਸਮਝਾਉਣ ਲਈ ਆਖ ਰਿਹਾ ਸੀ, ਇੱਕ ਕਹਾਣੀ ਕੱਢ ਦਿੱਤੀ ਅਤੇ ਜੋੜ ਦਿੱਤੀ ਗੁਰੂ ਨਾਨਕ ਨਾਲ। ਬਹੁਤਾਤ ਕੁਝ ਅਸੀਂ ਸ਼ਬਦਾਂ ਨੂੰ ਆਧਾਰ ਬਣਾ ਕੇ ਕਹਾਣੀਆਂ ਘੜੀਆਂ, ਨਤੀਜਾ ਇਹ ਨਿਕਲਿਆ ਅਸੀਂ ਕਹਾਣੀਆਂ ਨਾਲ ਜੁੜ ਗਏ, ਬਾਣੀ ਨਾਲੋਂ ਟੁੱਟ ਗਏ। ਉਹ ਕੁਝ ਅੰਮ੍ਰਿਤਸਰ ਗੁਰੂ ਕਹਿ ਰਿਹਾ ਅੰਦਰ ਹੈ, ਬਲਕਿ ਗੁਰੂ ਤੀਜੇ ਪਾਤਸ਼ਾਹ ਨੇ ਇੱਥੋਂ ਤੱਕ ਲਫ਼ਜ਼ ਵਰਤ ਦਿੱਤੇ, ਕਹਿਣ ਲੱਗੇ ਅੰਦਰ ਕਾਇਆ ਅੰਦਰ ਅੰਮ੍ਰਿਤਸਰ ਸਾਚਾ। ਉਹਨਾਂ ਕਹਾਣੀਆਂ ਨਾਲ ਅਸੀਂ ਸ਼ਹਿਰ ਨੂੰ ਜੋੜਿਆ, ਤੇ ਜਦੋਂ ਅਸੀਂ ਸ਼ਹਿਰ ਨੂੰ ਜੋੜਿਆ ਉਦੋਂ ਉਸ ਸ਼ਹਿਰ 'ਤੇ ਕਬਜ਼ਾ ਕਰਨ ਵਾਲੇ ਸਾਥੀਆਂ ਨੇ, ਗੁਆਂਢੀਆਂ ਨੇ ਵੀ ਆਪਣੇ ਆਪਣੇ ਹੱਕ ਜਮਾਉਣੇ ਸ਼ੁਰੂ ਕਰ ਦਿੱਤੇ, ਨਤੀਜਾ ਨਿਕਲਿਆ ਉਸ ਸ਼ਹਿਰ ਨਾਲ। ਕਦੀ ਕਹਾਣੀਆਂ ਪੜ੍ਹ ਲਓ, ਲਿਖਣ ਵਾਲਿਆਂ ਨੇ ਇਹ ਲਿਖ ਦਿੱਤਾ ਕਿ ਬਿਆਸ ਰਿਸ਼ੀ ਦਾ ਜਨਮ ਵੀ ਇਸੇ ਹੀ ਸ਼ਹਿਰ ਵਿੱਚ ਹੋਇਆ। ਦੂਜੇ ਨੇ ਆਖਿਆ ਜੀ ਬਾਲਮੀਕ ਵੀ ਇੱਥੇ ਹੀ ਰਿਹਾ, ਅਤੇ ਜੇ ਬਾਲਮੀਕ ਇੱਥੇ ਰਿਹਾ ਗਾ, ਜੋੜਨੀ ਸੀ ਗੱਲ ਕਿ ਮਾਤ ਸੀਤਾ ਨੂੰ ਜਦੋਂ ਬਨਵਾਸ ਹੋਇਆ ਉਹ ਮਾਤ ਸੀਤਾ ਵੀ ਬਾਲਮੀਕ ਦੇ ਕਿਉਂਕਿ ਆਸ਼ਰਮ ਵਿੱਚ ਰਹੀ, ਇਸ ਲਈ ਮਾਤ ਸੀਤਾ ਨੇ ਵੀ ਆਪਣਾ ਬਨਵਾਸ ਇੱਥੇ ਹੀ ਕੱਟਿਆ, ਅਤੇ ਇੱਥੇ ਬਸ ਨਹੀਂ ਅੱਗੇ ਹੋ ਗਿਆ ਵੀ ਲਹੂ ਕੁਸ਼ੂ ਦਾ ਜਨਮ ਵੀ ਇੱਥੇ ਹੀ ਹੋਇਆ। ਪੜ੍ਹ ਲਓ, ਜਾਲ ਤੇ ਅਸੀਂ ਆਪੇ ਹੀ ਆਪਣੇ ਦੁਆਰੇ ਪਸਾਰੀ ਜਾਂਦੇ ਹਾਂ। ਬਕਾਇਦਾ ਕਹਾਣੀਆਂ ਲਿਖਣ ਵਾਲੇ ਲਿਖਣੇ ਸ਼ੁਰੂ ਕਰਤਾ, ਅੱਜ ਤੁਸੀਂ ਪੜ੍ਹ ਲਓ, ਸਟੱਡੀ ਕਰੋ, ਇੱਥੋਂ ਤੱਕ ਆ ਗਿਆ ਕਿ ਲਹੂ ਕੁਸ਼ੂ ਦਾ ਜਨਮ ਵੀ ਉੱਥੇ ਹੀ ਹੋਇਆ। ਮੈਂ ਇੱਕ ਵਾਰ ਕੀਤੀ ਸੀ ਬਹੁਤ ਸਮਾਂ ਪਹਿਲਾਂ ਕਿ ਭਲੇ ਹੋ ਤੁਸੀਂ ਭੁੱਲ ਰਹੇ ਹੋ, ਜਦੋਂ ਤੁਸੀਂ ਰਜਨੀ ਦੇ ਪ੍ਰਸੰਗ ਨੂੰ, ਇਤਿਹਾਸ ਨੂੰ, ਕਹਾਣੀ ਨੂੰ ਅਪਣਾ ਰਹੇ ਹੋ ਨਾ, ਇੱਕ ਬੜਾ ਵੱਡਾ ਧੋਖਾ ਖਾ ਰਹੇ ਹੋ।
ਕੇ ਰਜਨੀ ਨੇ ਆਪਣੇ ਪਤੀ ਦਾ ਟੋਕਰਾ ਉੱਥੇ ਲਿਆ ਕੇ ਰੱਖਿਆ। ਜਦੋਂ ਸ਼ਹਿਰ ਵਿੱਚ ਮੰਗਣ ਗਈ ਮਗਰੋਂ ਕਾਂਗਾਂ ਨੂੰ ਹੰਸ ਹੁੰਦਾ ਵੇਖ ਕੇ ਪਤੀ ਖਾਰੀ ਵਿੱਚੋਂ ਨਿਕਲਿਆ। ਉਹਨੇ ਜਾ ਕੇ ਇਸ਼ਨਾਨ ਕੀਤਾ ਉਸ ਛੱਪੜੀ ਵਿੱਚ, ਉਹ ਤੰਦਰੁਸਤ ਹੋ ਗਿਆ। ਰਜਨੀ ਮੰਨੇ ਨਾ ਕਿ ਤੂੰ ਮੇਰਾ ਪਤੀ। ਮੈਂ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕੰਸੈਪਟ ਵੱਲ ਵਧਣਾ ਚਾਹੁੰਦਾ। ਉਹਨੇ ਆਖਿਆ ਗੁਰੂ ਕੋਲੋਂ ਪੁੱਛ ਲਓ ਇੱਥੇ ਨੇੜੇ ਆਏ ਹੋਏ ਨੇ। ਹੁਣੇ ਜਾ ਕੇ ਪੁੱਛਿਆ ਜੀ ਸਾਡਾ ਝਗੜਾ ਹੈ, ਮੈਨੂੰ ਕਹਿੰਦਾ ਮੈਂ ਤੇਰਾ ਪਤੀ ਹਾਂ, ਮੈਂ ਤਾਂ ਮੇਰਾ ਪਤੀ ਤਾਂ ਪਿੰਗਲਾ ਸੀ। ਉਹ ਕਹਿਣ ਲੱਗੇ ਨਹੀਂ ਤੇਰਾ ਪਤੀ ਹੈ, ਇਹ ਛੱਪੜੀ ਵਿੱਚ ਬਰਕਤ ਹੈ। ਇਹ ਛੱਪੜੀ ਉਹ ਹੈ ਕਿ ਜਦੋਂ ਹਨੂੰਮਾਨ ਅੰਮ੍ਰਿਤ ਲੈ ਕੇ ਆਇਆ ਨਾ ਲਕਸ਼ਮਣ ਨੂੰ ਮੁੜ ਜ਼ਿੰਦਾ ਕਰਨ ਲਈ, ਅਤੇ ਜਿਹੜਾ ਬਚਿਆ ਉਹ ਇੱਥੇ ਪਾ ਦਿੱਤਾ ਸੀ। ਵੇਖੋ ਇਹਦਾ ਮਤਲਬ ਇਹ ਹੈ ਵੀ ਗੁਰੂ ਕਾ ਅੰਮ੍ਰਿਤਸਰ ਨਹੀਂ, ਅਸੀਂ ਕਬਜ਼ਾ ਕੀਤਾ ਹੋਇਆ। ਇਹ ਸਾਰੀਆਂ ਕਹਾਣੀਆਂ, ਇਹ ਸਾਰੀਆਂ ਸਾਖੀਆਂ ਤਾਂ ਇਹ ਸਾਬਤ ਕਰਦੀਆਂ ਕਿ ਅੰਮ੍ਰਿਤਸਰ ਨਾਲ ਸਾਡਾ ਕੋਈ ਸੰਬੰਧ ਨਹੀਂ, ਅਸੀਂ ਤਾਂ ਦੂਜੇ ਦੇ ਅਸਥਾਨ 'ਤੇ ਕਬਜ਼ਾ ਕੀਤਾ ਹੋਇਆ। ਜੇ ਅਸੀਂ ਇਹ ਆਖਿਆ ਕਿ ਦਰਵਾਜ਼ੇ ਕਿਸੇ ਹਿੰਦੂ ਮੰਦਿਰ ਦੇ ਨੇ ਜਿਹੜਾ ਅਬਦਾਲੀ ਲੈ ਗਿਆ ਅਤੇ ਗੁਰ ਸਿੰਘਾਂ ਨੇ ਖੋਹ ਕੇ ਲਿਆਉਂਦੇ, ਤਾਂ ਉੱਥੇ ਮੰਨ ਗਿਆ ਕਿ ਦਰਵਾਜ਼ੇ ਸਾਡੇ ਨਹੀਂ। ਅੱਜ ਤੱਕ ਇਹ ਝਗੜਾ ਪਿਆ ਹੈ, ਹੁਣ ਉਹਨਾਂ ਦਾ ਕਬਜ਼ਾ ਵਧਿਆ, ਨਵੀਂ ਸਰਕਾਰ ਦੇ ਸੁਮੇਲ ਵਿੱਚ ਆ ਕੇ ਉਹਨਾਂ ਦੀ ਸ਼ਕਤੀ ਵਧੀ। ਉਹਨਾਂ ਆਖਿਆ ਸਾਡੇ ਦਰਵਾਜ਼ੇ ਵਾਪਸ ਕਰੋ ਸੋਮਨਾਥ ਮੰਦਿਰ ਦੇ। ਹੁਣ ਇਹਨਾਂ ਨੂੰ ਕੱਢਣੇ ਔਖੇ ਸਨ। ਹੁਣ ਕੀਤਾ ਕਿ ਕੁਝ ਵਰੇ ਪਹਿਲਾਂ ਇਹ ਕਹਿਤਾ ਜੀ ਇਹਨਾਂ ਦਰਵਾਜ਼ਿਆਂ ਦੀ ਮੁਰੰਮਤ ਹੋਣੀ, ਇਸ ਵਾਸਤੇ ਲਾ ਲੈ। ਔਰ ਕਿਹੜੀ ਅਜੀਬ ਗੱਲ ਹੈ, ਵਰੇ ਬੀਤ ਕੇ ਉਹਨੇ ਦਰਵਾਜ਼ਿਆਂ ਦੀ ਮੁਰੰਮਤ ਹੀ ਨਹੀਂ ਹੋਈ। ਹੈ 9 ਅਰਬ ਦਾ ਬਜਟ ਹੋਵੇ ਸਾਡਾ ਅਤੇ 2 ਦਰਵਾਜ਼ਿਆਂ ਦੀ ਦਰਸ਼ਨੀ ਡਿਊਟੀ ਅਤੇ ਦਰਵਾਜ਼ਿਆਂ ਦੀ ਮੁਰੰਮਤ ਦਾ ਮਸਲਾ ਹੋਵੇ। ਕਈ ਵਰੇ ਬੀਤ ਜਾਣ ਦਰਵਾਜ਼ੇ ਲਾਇਆ, ਦਰਵਾਜ਼ਿਆਂ ਦੀ ਮੁਰੰਮਤ ਹੀ ਨਹੀਂ ਹੋਈ। ਅਸਲ ਵਿੱਚ ਗੱਲ ਨੂੰ ਛੁਪਾ ਕੇ ਦੇਰ ਕਰਕੇ ਦਰਵਾਜ਼ੇ ਵਾਪਸ ਦੇਣੇ ਨੇ। ਉਹਨਾਂ ਆਖੇ ਦਾਵਾ ਕੀਤਾ ਹੋਇਆ ਕਿ ਸਾਡੇ ਮੰਦਿਰ ਦੇ ਦਰਵਾਜ਼ੇ ਨੇ ਵਾਪਸ ਕਰੋ। ਜੇ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਗੀ ਵਾਪਸ ਮੰਗਦੇ ਹੋ ਤਾਂ ਸਾਡੇ ਦਰਵਾਜ਼ੇ ਵੀ ਵਾਪਸ ਕਰੋ। ਭਲੇ ਹੋ, ਇਹ ਸਾਡੇ ਨਾਲ ਹਰ ਕਦਮ 'ਤੇ ਧੋਖਾ ਹੋ ਰਿਹਾ ਅਤੇ ਹੋ ਰਿਹਾ ਗੁਰਬਾਣੀ ਦੇ ਓਹਲੇ ਵਿੱਚ ਆਪਣੀ ਮਰਜ਼ੀ ਆਪਣੀ ਪਹੁੰਚ ਪੈਦਾ ਕਰਕੇ। ਜਿਵੇਂ ਅਰਜ਼ ਕੀਤੀ ਹੁਣ ਕੀ ਹੈ ਕਿ ਅਸੀਂ ਗੁਰੂ ਤਾਂ ਕਹਿ ਰਹੇ ਤੇਰੇ ਅੰਦਰ ਅੰਮ੍ਰਿਤਸਰ ਹੈ, ਉਸ ਸ਼ਹਿਰ ਨੂੰ ਤਾਂ ਅੰਦਰ ਦੇ ਅੰਮ੍ਰਿਤਸਰ ਸ਼ਹਿਰ ਨੂੰ ਤਾਂ ਗੁਰੂ ਨੇ ਪਵਿੱਤਰ ਕਰਨਾ ਅਤੇ ਬਾਹਰ ਦੇ ਸ਼ਹਿਰ ਨੂੰ ਕਰਨਾ ਸਰਕਾਰ ਨੇ ਪਵਿੱਤਰ। ਅਸੀਂ ਸਰਕਾਰ ਕੋਲੋਂ ਮੰਗੀ ਜਾਂਦੇ ਹਾਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕਰਾਰ ਦਿਓ, ਕਿਉਂਕਿ ਉਹ ਸਰਕਾਰ ਨੇ ਕਰਨਾ। ਅਤੇ ਜਿਹੜਾ ਅੰਮ੍ਰਿਤਸਰ ਸ਼ਹਿਰ ਅੰਦਰ ਹੈ ਜਿਹਦੇ ਬਾਰੇ ਗੁਰੂ ਆਖ ਰਿਹਾ ਕਾਇਆ ਅੰਦਰ ਅੰਮ੍ਰਿਤਸਰ ਸੱਚਾ ਮਨ ਪੀਵੇ ਭਾਏ ਸੁਭਾਈ, ਇੱਥੇ ਬਸ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਵੀ ਹੈ, ਉਹ ਤੋਂ ਬਹੁਤ ਪਹਿਲਾਂ ਹੈ ਨਾ, ਗੁਰੂ ਅਮਰਦਾਸ ਸਾਹਿਬ ਦੇਵ ਦੀ ਤੋਂ ਹੀ ਪਹਿਲਾਂ, ਉਹਦੇ ਵਿੱਚ ਵੀ ਲਫ਼ਜ਼ ਕਹਿੰਦੇ ਨੇ ਸਤਿਗੁਰ ਮਿਲੇ ਤਾਂ ਮਹਿਲ ਬੁਲਾਏ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਰਾਗ ਮਾਰੂ ਵਿੱਚ। ਸਤਿਗੁਰ ਮਿਲੇ ਤਾਂ ਮਹਿਲ ਬੁਲਾਏ, ਸਾਚੀ ਦਰਗੇ ਕਤ ਪਤ ਪਾਏ, ਸਾਚੀ ਦਰਗੇ ਗਤ ਪਤ ਪਾਏ, ਸਾਕਤ ਠੌਰ ਨਹੀਂ ਹਰ ਮੰਦਰ। ਹੁਣ ਇਹਦੇ ਇਸ ਸ਼ਬਦ ਵਿੱਚ ਹਰਿਮੰਦਰ ਵੀ ਲਫ਼ਜ਼ ਆ ਗਿਆ, ਅੰਮ੍ਰਿਤਸਰ ਵੀ ਆ ਗਿਆ, ਆਪੇ ਭੁਲੇਖਾ ਪੈਣਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ। ਹਰਿਮੰਦਰ ਜਿਹਨੂੰ ਅਸੀਂ ਆਖਦੇ ਹਾਂ ਅਤੇ ਅੰਮ੍ਰਿਤਸਰ ਜਿਹਨੂੰ ਆਖਦੇ ਉਹਦੇ ਤੋਂ 100 ਵਰਾ ਪਹਿਲਾਂ ਦਾ ਥੋੜ੍ਹਾ ਨਹੀਂ ਗੁਰੂ ਨਾਨਕ ਆਖ ਰਹੇ ਨੇ। ਕਹਿੰਦੇ ਨੇ ਸਾਕਤ ਪੁਰਸ਼ ਜਿਹੜਾ ਹੈ ਉਹਦੀ ਥਾਂ ਹਰਿਮੰਦਰ ਵਿੱਚ ਨਹੀਂ, ਉੱਥੇ ਕੀ ਆਖੋਗੇ ਸਾਕਤ ਠੌਰ ਨਹੀਂ ਹਰਿਮੰਦਰ,
मर जन मैं दुख पाया, मर जन मैं दुख पाया। अगे जाके हुण अगली लाइन पढ़ो राग मारू दी। इंदे विच हरमंदर दा ना आया, अगले विच आया है बिखिया मल जाए अमृत सर नावो। हुण की आखोगे जी? असीं इसदा नजायज फायदा उठाना चाहवांगे। असीं हर एक कंसैप्ट नूं जो गुरबाणी विच अंतर आत्मा नाल जीवन नाल दिता गया, असीं उस नूं स्थूल रूप विच लै आंदा। उहदा नतीजा यह है कि अज सरकारां नूं बेनतियां कर रहे हैं साडा अमृतसर पवित्र करार दिओ, क्योंकि उत्थे सिगरटां भी पीतियां जांदियां ने, उत्थे शराब दे दौर भी चलते हैं, उत्थे क्लब भी मौजूद ने, उत्थे शराब दे ठेके भी मौजूद ने। जे उहनां नूं हटाउण दी शक्ति है तां सरकार कोल है, उहनूं बेनतियां करी जांदे। ते जिहड़ा साडा अंदर दा अमृतसर है जिहदे श्री गुरु ग्रंथ साहिब दी बाणी जिक्र करदी है, जिहनूं गुणां नाल पवित्र कीता जा सकदा है, गुरु जिंदे नाल रहमत करके जिहनूं पवित्र करदा है, उसनूं असीं समझ नहीं रहे। ਤਾਂ ਗੁਰਬਾਣੀ ਹੈ ਆਪਣੀ ਰਸਨਾ ਤੋਂ, ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਰਿਮੰਦਰ ਦਾ ਜ਼ਿਕਰ ਵੀ ਕੀਤਾ ਹੈ, ਉੱਥੇ ਗੁਰਬਾਣੀ ਅੰਦਰ ਰਾਗ ਮਾਰੂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਦਾ ਵੀ ਜ਼ਿਕਰ ਕੀਤਾ। ਹੁਣ ਇਹ ਅੰਮ੍ਰਿਤਸਰ ਉਹ ਨਹੀਂ ਹੋ ਸਕਦਾ ਜਿਸ ਨੂੰ ਅਸੀਂ ਸਰਕਾਰ ਕੋਲੋਂ ਪਵਿੱਤਰ ਕਰਾਉਣਾ ਚਾਹੁੰਦੇ। ਗੁਰੂ ਕਹਿੰਦੇ ਨੇ ਵਿਖਿਆ ਮਲ ਜਾਏ ਅੰਮ੍ਰਿਤਸਰ ਨਹਾਵੋ, ਗੁਰ ਸਰ ਸੰਤੋਖ ਪਾਇਆ। ਗੁਰੂ ਕਹਿੰਦੇ ਨੇ ਇੱਕ ਐਸਾ ਜਲ ਹੈ ਸੰਤੋਖ ਦਾ ਜਲ। ਹੁਣ ਇੱਥੇ ਸੰਤੋਖ ਸਰ ਤੀਰਥ ਵੀ ਬਣਾ ਦਿੱਤਾ ਗਿਆ ਅੰਮ੍ਰਿਤਸਰ ਸ਼ਹਿਰ ਵਿੱਚ। ਹੁਣ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਹਿੰਦੇ ਨੇ ਸੰਤੋਖ ਇੱਕ ਐਸਾ ਜਲ ਹੈ ਜਿਹਦੇ ਨਾਲ ਮਨ ਦਾ ਸਰੋਵਰ ਪਵਿੱਤਰ ਹੁੰਦਾ, ਕਿਉਂਕਿ ਜਦੋਂ ਸੰਤੋਖ ਨਾ ਰਹੇ ਉਦੋਂ ਹੀ ਕਾਤਲ ਬਣਦਾ। ਸੰਤੋਖ ਨਾ ਰਹੇ ਤਾਂ ਬੇਇਨਸਾਫ ਬਣਦਾ, ਜਦੋਂ ਸੰਤੋਖ ਨਾ ਰਹੇ ਉਦੋਂ ਹੀ ਚੋਰ ਬਣਦਾ, ਉਦੋਂ ਹੀ ਜੁਆਰੀਆ ਬਣਦਾ, ਉਦੋਂ ਹੀ ਪਰਾਇਆ ਹੱਕ ਖਾਂ। ਜਿੰਨੇ ਪਾਪ ਨੇ ਧਰਮ ਵਿਹੂਣਾ ਕਰਨ ਵਾਲੇ ਉਹ ਸਾਰੇ ਸੰਤੋਖ ਛੱਡ ਕੇ ਨੇ। ਇਸ ਲਈ ਗੁਰੂ ਨੇ ਆਖਿਆ ਤਹੋਲ ਧਰਮ ਦਇਆ ਕਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਗੁਰੂ ਆਖਦਾ ਜੇ ਤੂੰ ਸਰ ਸੰਤੋਖ 'ਤੇ ਪੁੱਜਣਾ ਹੈ ਅਤੇ ਉੱਥੇ ਜਾ ਕੇ ਤੇਰਾ ਅੰਦਰ ਦਾ ਅੰਮ੍ਰਿਤਸਰ ਪਵਿੱਤਰ ਹੋਏਗਾ, ਮੈਲ ਉੱਤਰ ਜਾਏਗੀ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ, ਕਿੱਡਾ ਸਪਸ਼ਟ ਕਰ ਰਹੇ ਨੇ। ਪਰ ਅਸੀਂ ਸਥੂਲ ਰੂਪ ਵਿੱਚ ਸ਼ਹਿਰ ਜਿਹਦੇ ਸੰਬੰਧ ਵਿੱਚ ਅਸੀਂ ਵਕਤ ਦੀਆਂ ਬਾਦਸ਼ਾਹਾਂ ਰਾਜਿਆਂ ਕੋਲ, ਵਕਤ ਦੀਆਂ ਸਰਕਾਰਾਂ ਕੋਲ ਬੇਨਤੀਆਂ ਕਰ ਰਹੇ ਹਾਂ ਜੀ, ਇਹਨੂੰ ਪਵਿੱਤਰ ਕਰੋ ਅਤੇ ਜਿਹੜਾ ਸਾਨੂੰ ਅੰਮ੍ਰਿਤਸਰ ਅੰਦਰ ਮਿਲਿਆ ਉਹਦੀ ਪਵਿੱਤਰਤਾ ਦਾ ਧਿਆਨ ਕਰੋ। ਗੁਰੂ ਆਖ ਰਹੇ ਨੇ ਮੈਲ ਗਈ ਮਨ ਨਿਰਮਲ ਸਤਿਗੁਰ ਦੀ
ਅਸੀਂ ਗੁਰਬਾਣੀ ਦੀ ਕਨਸੈਪਟ ਦੀਆਂ ਦੁਰਵਰਤੋਂ ਕਰਕੇ ਉਹਨਾਂ ਨੂੰ ਸਥੂਲ ਰੂਪ ਵਿੱਚ ਵਰਤ ਰਹੇ ਹਾਂ ਅਤੇ ਸਥੂਲ ਰੂਪ ਵਿੱਚ ਵਰਤਣ ਨਾਲ ਆਪਣੇ ਦੁਆਲੇ ਇੱਕ ਜਾਲ ਪਸਾਰ ਚੋਗ ਵਿਸਥਾਰੀ ਪੰਖੀ ਜਿਉਂ ਫਹਾਵਤ ਵਾਲੀ ਸਾਡੀ ਹਾਲਤ ਦਿਨ ਬ ਦਿਨ ਬਣ ਰਹੀ ਹੈ। ਫਿਰ ਅਸੀਂ ਉਸ ਜਾਲ ਵਿੱਚ ਫਸੇ ਹੋਏ ਫਟਫਟਾਉਂਦੇ ਹਾਂ, ਫਿਰ ਅਸੀਂ ਸਰਕਾਰਾਂ ਕੋਲੋਂ ਇਨਸਾਫ ਮੰਗਦੇ ਹਾਂ ਜਿਨ੍ਹਾਂ ਕੋਲੋਂ ਇਨਸਾਫ ਦੀ ਆਸ ਨਹੀਂ ਰੱਖੀ ਜਾ ਸਕਦੀ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।